ਹੁਸ਼ਿਆਰਪੁਰ ਦੇ ਪਿੰਡ ਸੂਸਾ ਵਿੱਚ ਮਾਨਸਿਕ ਤੌਰ ਤੇ ਬਿਮਾਰ ਇੱਕ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 16 ਸਾਲਾ ਪੀੜਤਾ ਗੁਰਪਰਬ ਮੌਕੇ ਆਪਣੇ ਪਰਿਵਾਰ ਨਾਲ ਗੁਰਦੁਆਰੇ ਗਈ ਸੀ, ਪਰ ਉਹ ਸੇਵਾ ਕਰਨ ਲਈ ਉੱਥੇ ਹੀ ਰੁਕ ਗਈ ਅਤੇ ਜਦੋਂ ਸ਼ਾਮ ਨੂੰ ਉਹ ਇਕੱਲੀ ਘਰ ਵਾਪਸ ਪਰਤ ਰਹੀ ਸੀ ਤਾਂ ਪਿੰਡ ਦੇ ਹੀ ਦੋ ਲੜਕੇ ਉਸ ਨੂੰ ਖੇਤਾਂ ਵਿੱਚ ਜਬਰੀ ਚੁੱਕ ਕੇ ਲੈ ਗਏ ਅਤੇ ਬਲਾਤਕਾਰ ਕੀਤਾ। ਜਦੋਂ ਪੀੜਤਾ ਦੇਰ ਰਾਤ ਤੱਕ ਘਰ ਨਾ ਪੁੱਜੀ ਤਾਂ ਪਰਿਵਾਰ ਨੇ ਉਸ ਦੀ ਭਾਲ ਕੀਤੀ। ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ। ਅਸੀਂ ਜੀ ਗੁਰਦੁਆਰੇ ਆਪਣੇ ਨਗਰ ਕੀਰਤਨ 3 ਵਜੇ ਦੇਖਣ ਗਏ ਸੀਗੇ, ਕਿ ਸਾਮੀ ਵਾਪਸ ਆਉਂਦੇ ਸੀਗੇ ਅਤੇ ਮੈਂ ਪਹਿਲਾਂ ਗਿਆ ਅਤੇ ਪਿੱਛੇ ਲੈ ਗਏ ਅਤੇ ਫਿਰ ਉਹ ਹਿਸਾਬ ਨਾਲ ਦੋ ਮੁੰਡਿਆਂ ਨੇ ਇਹਨਾਂ ਦਾ ਪਿੰਡ ਦੇ ਸੀਗੇ ਰੇਪ ਕੀਤਾ। ਇਹ ਆਪਣੇ ਸਾਡੇ ਪਿੰਡ ਦੇ ਤੱਟਾਂ ਦੇ ਮੁੰਡੇ ਆ ਜੀ, ਸਾਡੇ ਪਿੰਡ 'ਚ ਰਹਿੰਦੇ ਆ। ਹਾਂਜੀ, ਗੁਰਦੁਆਰੇ ਦੇ ਕੋਲ, ਜਿਸ ਗੁਰਦੁਆਰੇ ਕੋਲ ਨਗਰ ਕੀਰਤਨ ਜੀ ਸਮਾਪਤ ਹੋਇਆ, ਸ਼ੁਰੂ ਹੋਇਆ ਸੀਗਾ, ਉਸ ਆਪਣੇ ਗੁਰਦੁਆਰੇ ਦੇ ਕੋਲ ਉਹਨਾਂ ਦਾ ਘਰ ਆ। ਇੱਕ ਤਾਂ ਜੀ ਥੋੜ੍ਹਾ ਅੱਗੇ ਆ ਅਤੇ ਇੱਕ ਦਾ ਥੋੜ੍ਹਾ ਸਮਾਂ। ਕਿੰਨੀ ਏਜ ਹੈ ਬੱਚੀ? ਇਹ 16ਵੇਂ ਸਾਲ ਜਨਮ ਵਾਲਾ। ਫਿਰ ਆ ਤੁਸੀਂ ਬਿਆਨ ਲੈਣ ਵਾਸਤੇ ਆਏ, ਉਹਨੇ ਬਿਆਨ ਤਾਂ ਡਾਕਟਰ ਦੀ ਫਿੱਟ ਲਿਖਣ ਤੋਂ ਬਾਅਦ ਜੋ ਉਹਨੇ ਬਿਆਨ ਦਿੱਤਾ ਹੈਗਾ ਉਹਦੇ ਹਿਸਾਬ ਨਾਲ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਕੀ ਪਰਚਾ ਦਰਜ ਕੀਤਾ ਗਿਆ? ਅੱਛਾ, ਅਸੀਂ ਤਾਂ ਰੇਪ ਕੇਸ ਦਾ ਕੀਤਾ ਗਿਆ। ਕਿੰਨੇ ਜਣੇ ਦੇ ਰੇਪ ਦਾ ਕੀਤਾ? ਦੋ ਜਣੇ, ਦੋ ਲੜਕੇ। ਹਾਂ, ਉਹਨੇ ਇਹ ਬਿਆਨ ਦਿੱਤਾ ਵੀ ਮੈਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ, ਸਟੇਟਮੈਂਟ ਦਿੱਤੀ ਹੈ, ਮੈਨੂੰ ਉਹਨਾਂ ਦੋ ਮੁੰਡੇ ਮਿਲਾਏ ਅਤੇ ਉਹਨਾਂ ਮੋਟਰਸਾਈਕਲ 'ਤੇ ਮੈਨੂੰ ਲੈ ਗਏ ਉਠਾ ਕੇ, ਜ਼ਬਰਦਸਤੀ ਜਾ ਕੇ ਰੇਪ ਕੀਤਾ ਹੈਗਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।